ਡੱਪ ਤੂੰ ਕੀ ਨਜ਼ਰ ਬਟੂਆ ਬਾਗ ਮੇਰੇ ਨੀ ਝੱਕ ਜਾਂਦਾ ਜੇ ਬਾਈ ਭੁੱਖ ਲੱਗੀ ਤੇ ਰੋਟੀ ਆਪ ਜਾ ਕੇ ਡੱਕ ਲਾ ਬਹੁਤੀ ਬਕਵਾਸ ਨਾ ਕਰ ਉਲੂ ਦਾ ਪਠਿਆ ਬਾਪੂ ਆਪਦੇ ਆਪ ਨੂੰ ਉਲੂ ਦੱਸੀ ਜਾਂਦਾ ਕਾਲੀਆਂ ਨਜ਼ਰਾਂ ਤੋਂ ਬਚਾ ਬੇਬੇ ਜਦੋਂ ਮੈਂ ਕੁਛ ਖਾਣ ਪੀਣ ਲੱਗਾ ਨਾ ਉਸੇ ਵੇਲੇ ਬਾਪੂ ਮੈਨੂੰ ਐ ਕਰਦਾ ਇਹਦੀ ਅੱਖਾਂ ਤੇ ਪੱਟੀ ਬੰਨ ਦੇ ਬੇਬੇ ਇਹ ਤਾਂ ਪਹਿਲੋਂ ਹੀ ਇੰਨਾ ਤੂੰ ਵੇਖੀ ਸਾਲ ਡੇਢ ਸਾਲ ਤੱਕ ਇਹਨੇ ਵੈਸੇ ਹੀ ਠੇਡੇ ਖਾਂਦੇ ਫਿਰਨਾ ਹੋਣਾ ਇੰਜਣ ਚੱਲ ਬੇਬੇ ਤੂੰ ਇਸ ਨਿਕੰਮੇ ਦੀਆਂ ਗੱਲਾਂ ਛੱਡ ਤੇ ਮੇਰੀ ਗੱਲ ਸੁਣ ਮੈਨੂੰ ਕੱਲ ਨੂੰ ਬੇਬੇ 500 ਰੁਪਈਆ ਚਾਹੀਦਾ 500 ਰੁਪਈਆ ਹਾਂ ਬੱਬੂ ਵੇ ਤੇਰਾ ਤੇ 5 ਰੁਪਈਆ ਚ ਹੀ ਸਾਰਾ ਦਿਨ ਲੰਘ ਜਾਂਦਾ ਤੇ ਤੂੰ 500 ਕੀ ਕਰਨਾ ਮੈਂ ਨਾ ਬੇਬੇ ਮੈਂ ਨਾ ਹੁਣ ਸਾਰੀ ਉਮਰ ਪਾਗਲ ਵਾਂਗੂ ਥੋੜੀ ਤੁਰਿਆ ਫਿਰਾ ਮੈਂ ਨਾ ਬੇਬੇ ਮੈਂ ਬਿਜਨਸ ਸ਼ੁਰੂ ਕਰਨਾ ਵੇ ਮੈਂ ਸਦਕੇ ਜਾਵਾਂ ਵੇ ਤੇਰੇ ਤੋਂ ਕਿੱਡੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਤੂੰ ਹੈ ਮੈਂ ਨਾ ਬੇਬੇ ਪਿੰਡੋਂ ਬਾਹਰ ਨਾ ਠੇਕੇ ਤੇ ਆਂਡਿਆਂ ਦੀ ਰੇਹੜੀ ਲਾਊਂਗਾ ਮੈਂ ਨਾ ਬੇਬੇ 1.5 ਰੁਪਈਏ ਨੂੰ ਆਂਡਾ ਲਿਆਇਆ ਕਰੂੰਗਾ 2.5 ਰੁਪਈਏ ਨੂੰ ਵੇਚਿਆ ਕਰੂੰਗਾ ਤੂੰ ਬੜੀ ਸਿਆਣੀ ਗੱਲ ਕੀਤੀ ਹੈ ਕਿੰਨਾ ਸਿਆਣਾ ਆਂਡਾ ਇਹ ਕਰਨਾ ਕਰ ਤੂੰ ਲੈ ਲਈ ਮੇਰੇ ਤੋਂ 500 ਰੁਪਈਆ ਤੇ ਕਰ ਦੇ ਕੰਮ ਸ਼ੁਰੂ ਠੀਕ ਆ ਬੇਬੇ ਨਾਲੇ ਨਾ ਤੂੰ ਤਾਂ ਮੇਰੀ ਬੇਬੇ ਬਾਹਲੀ ਚੰਗੀ ਮਾਂ ਹੈ ਮੇਰੀ ਬਾਹਲੀ ਚੰਗੀ ਮਾਂ ਬਾਪੂ ਵੇਲਾ ਮੈਨੂੰ ਕਿੱਦਾਂ ਬਾਪੂ ਨੂੰ ਚੰਗਾ ਲੱਗਦਾ ਵਾ ਧੱਫਾ ਕਰ ਉਹਨੂੰ ਤੂੰ ਧੱਫਾ ਕਰ ਮਗਾ ਸਾਡੇ ਯਾਰ ਨੇ ਕੰਮ ਖੋਲਿਆ ਮਗਾ ਕਮਾਲ ਕਰਤੀ ਹਾਏ 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 ਮਗਾ ਅੰਡਿਆਂ ਦੀ ਰੇਹੜੀ ਲਾ ਲਈ ਮੈਂ ਸਵਾਦ ਆਜੂਗਾ ਨਾਲੇ ਬਾਈ ਤੈਨੂੰ ਵਧਾਈਆਂ ਵਧਾਈਆਂ ਤੈਨੂੰ ਵਧਾਈਆਂ ਹੁਣ ਬਾਈ ਕਿਸੇ ਖੁਸ਼ੀ ਜੀ ਕਰ ਦੋ ਅੰਡੇ ਦੋ 5 ਰੁਪਈਏ ਕੱਢੋ ਕਰਾ 5 ਦੇ ਦੋ ਗਰਮ ਉਬਲੇ ਹੋਏ ਉਹ ਇੱਕ ਗੱਲ ਸੁਣ ਸਾਲਿਆ ਸਾਡਾ ਪੋਸਟ ਜੇਬਾਂ ਜੋ ਕੱਢ ਕੱਢ ਖਾਂਦਾ ਰਿਹਾ ਉਹ ਦਿਨ ਭੁੱਲ ਗਏ ਤੇ ਹੁਣ ਆਂਡਿਆਂ ਦੇ ਪੈਸੇ ਮੰਗੀ ਜਾਂਦਾ ਮਿੱਤਰ ਜਿਹਾ ਸਾਲਿਆ ਯਾਦ ਹੈ ਉਦੇ ਤੁਹਾਨੂੰ ਦੋਨਾਂ ਜਣਿਆਂ ਨੂੰ ਨਸ਼ਾ ਪੱਤਾ ਖਵਾ ਕੇ ਕੀਤਾ ਟਨ ਢੋਲੀ ਦੇ ਸਾਹਮਣੇ ਜਾ ਕੇ ਕਿਹਾ ਸੀ ਮੈਥੋਂ ਕੁੱਟ ਖਾਣੀ ਹੈ ਤੇ ਸਾਲਿਓ ਕੁੱਟ ਕੇ ਮੈਨੂੰ ਉਹਦੇ ਸਾਹਮਣੇ ਬਣ ਗਏ ਹੀਰੋ ਇੱਥੋਂ ਫੁੱਟ ਜੋ ਫੁੱਟ ਸਤਿੰਦਰਾ ਨੇ ਸ਼ਰਮ ਨੀ ਕੀਤੀ ਮੈਨੂੰ ਕੁੱਟ ਕੇ ਸਾਰੇ ਹੀਰੋ ਬਣ ਗਏ ਨਹੀਂ ਤਾਂ ਮੈਂ ਕਦਾ ਅੱਡਾ ਦੇ ਹੀ ਦਿੰਦਾ ਇਹਨਾਂ ਨੂੰ ਭੋਲੇ ਦੇ ਆਂਡੇ ਖਾ ਜਾਓ ਆਂਡਿਆਂ ਦੀ ਰੋਟੀ ਭੋਲੇ ਦਾ ਕੰਮ ਚਲਾ ਜਾਓ ਭੋਲੇ ਦਾ ਵਿਆਹ ਕਰਾ ਜਾਓ ਪਿਛੋਰੀਆ ਫੇਰ ਯਾਰ ਉਹੀ ਪਿਛੋਰੀਆ ਉਹ ਤੁਸੀਂ ਸਾਰੇ ਟੱਬਰ ਨੇ ਯਾਰ ਮੈਨੂੰ ਲਾਹੌਰੀਆ ਤੋਂ ਪਿਛੋਰੀਆ ਬਣਾਉਣ ਦਾ ਠੇਕਾ ਲਿਆ ਕੋਈ ਗੱਲ ਨੀ ਆਪਾਂ ਨੂੰ ਕੀ ਹੈ ਲੋਰੀਆ ਹੋਵੇ ਤੇ ਪਿਛੋਰੀਆ ਹੋਵੇ ਆਪਾਂ ਕੀ ਲੈਣਾ ਤੂੰ ਐਂ ਕਰ ਦੋ ਆਂਡੇ ਦੇ ਕਰਾ ਦੋ ਆਂਡੇ ਆਹੋ ਨਾਲ ਗੱਲ ਸੁਣ ਕਿੰਨੇ ਦੇ ਇਹ ਆਪਣਾ 5 ਦੇ 2 ਯਾਰ 5 ਤਾਂ ਨੀ ਦੇਖ ਮੈਂ ਦੇਣੇ ਵੀ ਮੈਂ ਤਾਂ 4 ਰੁਪਈਏ ਦੇਊਂਗਾ ਭੋਲਿਆ ਜ਼ਰੂਰਤ ਹੈ ਆਪਾਂ ਨੂੰ ਕੀ ਆਪਾਂ ਨੂੰ ਪੈਸੇ ਮਿਲ ਗਏ ਚਾਹੇ ਤੁਸੀਂ ਲਾਹੌਰ ਤੋਂ ਹੋਵੋ ਚਾਹੇ ਪਿਛੋਰ ਤੋਂ ਹੋਵੇ ਆਪਾਂ ਨੇ ਕੀ ਲੈਣਾ ਹੈ ਗੱਲ ਨੀ ਕੋਈ ਨੀ ਅੱਛਾ ਗੱਲ ਸੁਣ ਭੋਲਿਆ ਫੜਾ ਦੇ ਸਾਬਤਾਈ ਛਿੱਲਣ ਨੂੰ ਕੀ ਹੈ ਕਮਲਿਆ ਤੂੰ ਦਿੱਤਾ ਭੋਲਿਆ ਆਂਡਾ ਹੈ ਤੂੰ ਫਿਰ ਲਫੜ ਪੈਗ ਲਾ ਲਾ ਨਾ ਯਾਰ ਨਾ ਲੋੜੀਆ ਬਾਈ ਮੈਂ ਤਾਂ ਸਾਰੇ ਨਸ਼ੇ ਛੱਡਤੇ ਯਾਰ ਨਸ਼ਾ ਛੱਡਤਾ ਪਰ ਜੇ ਤੂੰ ਨਸ਼ੇ ਛੱਡ ਗਿਆ ਨਾ
ਤਾਂ ਫਿਰ ਸਰੀਰ ਵੀ ਛੇਤੀ ਛੱਡ ਜਾਏਗਾ। ਨਾਲੇ ਤੂੰ ਅੱਜ ਮੈਨੂੰ ਲਾਹੌਰੀਆ ਆਖਿਆ ਨਾ, ਇਸੇ ਖੁਸ਼ੀ ਚ ਪੈਗ ਲਾ ਲਾ। ਚੱਲ ਇਹ ਹੋਈ ਨਾ ਗੱਲ। ਪਿਛੌਰੀਆ ਨਾ ਆਖੀ, ਪਿਛੌਰੀਆ ਨਾ ਆਖੀ, ਮੈਂ ਜਾਣਾ। ਤੂੰ ਚਲ ਆ। ਮੈਂ ਜਾਣਾ। ਬਸ ਚਲ ਆ ਜਾ, ਝੋਨੇ ਦੀ ਰੋਟੀ ਖਾ ਜੋ, ਆਂਡਿਆਂ ਦੀ ਆ ਜੋ, ਆਜੋ ਵੀ ਆਜੋ। ਆਂਡੇ ਦੇ ਪੈਸੇ ਮੈਂ ਨੀ ਦੇਣੇ। ਪੈਸੇ ਨੂੰ ਮਾਰ ਬਈ ਗੋਲੀ, ਤੂੰ ਰਹਿਣ ਦੇ ਪੈਸਿਆਂ ਪੂਜਿਆ ਨੂੰ, ਹੁਣ ਆਪਾਂ ਨੂੰ ਪੈਸੇ ਦੀ ਕੋਈ ਗੋਲ ਨੀ। ਆਹ ਬਈ ਆਂਡੇ ਜਿੰਨੇ ਮਰਜ਼ੀ ਖਾ, ਆਪਾਂ ਨੂੰ ਕੋਈ ਇਹੋ ਜਿਹੀ ਗੱਲਬਾਤ ਨੀ। ਪੈਸਾ ਪੂਜਿਆ ਨਾ ਨੀ ਆਪਾਂ ਪਿਆਰ ਕਰਦੇ, ਜਿੰਨੇ ਵੀ ਆਪਣੇ ਬੰਦੇ ਆਉਣੇ ਸਾਰਿਆਂ ਨੂੰ ਆਪਾਂ ਆਂਡੇ ਖਵਾਉਣੇ ਖਵਾਉਣੇ। ਪੈਸਾ ਮੇਰੇ ਬਾਪੂ ਕੋਲੇ, ਮੇਰੀ ਬੇਬੇ ਮੈਨੂੰ 1 ਰੁਪਿਆ ਦਿੰਦੀ ਰੋਜ਼। ਹਾਂ ਇਹ ਕੋਈ ਗੱਲ ਨੀ ਜੀ, ਇਹਦੇ ਖਾਣੇ ਜਿੰਨੇ ਮਰਜ਼ੀ ਮੇਰੇ ਭੋਲੀ ਨਾਲ ਭੋਲੀਏ। ਕਿਉਂ ਕਰ ਲਈ ਕਮਾਈ ਸਾਲਿਆ? ਤੂੰ ਦੋ ਆਂਡੇ ਨੀ ਦਿੰਦਾ ਸੀ, ਹੁਣ ਸਾਲੇ ਲੋਕ ਸਾਲੀ ਛਿੱਲ ਛਿੱਲੀ ਰਹੀ ਜਾਂਦੇ। ਕਿਹੜੇ ਸਾਲ ਸਰਾਲ ਨੂੰ ਪਿਆ ਝੱਗਾ ਚੌੜ ਕਰਾ ਕੇ ਸਾਲਾ ਨੋਲੇ ਮੋਹਾ ਜਿਹੜਾ ਹੋ ਗਏ। ਮਾਸਾ ਵੀ ਕਰਦਾ ਜਿਵੇਂ ਡੱਡੂ ਦੀ ਢੂਹੀ ਤੇ ਆਂਡਾ ਮਰਾਜ ਨਸ਼ਾ ਛੱਡਦਾ, ਮੈਨੂੰ ਲੱਭਾ ਨਸ਼ਾ ਛੱਡਦਾ ਸਾਲਿਆ। ਕਦੇ ਮੋਰ ਵਿਆਹ ਦੀ ਚਾਲ ਭੁੱਲਦਾ ਹੁੰਦਾ। ਐ ਕਰ ਹੁਣ, ਆ ਪਹਿਲਾਂ ਤਾਂ ਤੂੰ ਆਂਡੇ ਮਾਰਦਾ ਸੀਗਾ, ਆ ਚੱਕ ਚੱਕਣ ਗਿਆ ਚੱਕਾ ਕਿ ਭੰਗੜੇ ਪੈਣਗੇ ਹੁਣ। ਲੈ ਜਾਊਂ ਸਾਰਾ ਕੁਝ ਚੱਕ ਲੈ ਜਾ।